ਸਸੇਗਾਲ ਜੀ ਤੁਸੀਂ ਦੇਖ ਰਹੇ ਹੋ ਲੋਕਵਾਜੀ ਟੀਵੀ ਤੇ ਮੈਂ ਮਨਿੰਦਰਜੀਤ ਸਿੱਧੂ ਅੱਜ ਮਸਤੂਆਣਾ ਸਾਹਿਬ ਵਿਖੇ ਵੱਡੀ ਗਿਣਤੀ ਦੇ ਵਿੱਚ ਇਕੱਠ ਰੱਖਿਆ ਗਿਆ ਸੀ ਨੌਜਵਾਨਾਂ ਦਾ ਨੌਜਵਾਨਾਂ ਦਾ ਇਕੱਠ ਸੀ ਦੀਪ ਸਿੱਧੂ ਤੇ ਲੱਖਾ ਸਿਧਾਨਾਂ ਦੇ ਹੱਕ ਵਿੱਚ ਜਿੱਥੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਡੀ ਗਿਣਤੀ ਦੇ ਵਿੱਚ ਕਿਸਾਨ ਨੌਜਵਾਨ ਬਜ਼ੁਰਗ ਮਤਾਵਾ ਬੱਚੇ ਪਹੁੰਚੇ ਸੀ ਤਾਂ ਉੱਥੇ ਹੀ ਕਈ ਲੋਕਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਕਿਉਂ ਲੱਗਿਆ ਉਹਨਾਂ ਨੂੰ ਇਹ ਇਕੱਠ ਦੇ ਵਿੱਚ ਜਾਣਾ ਚਾਹੀਦਾ ਹੈ ਕਿ ਹੋ ਜਾ ਉਹਨਾਂ ਨੂੰ ਕੱਟ ਦਾ ਮਾਹੌਲ ਲੱਗਿਆ ਤੇ ਕਿੰਨੀ ਗਿਣਤੀ ਦੇ ਵਿੱਚ ਕੱਟ ਸੀ ਇਹ ਸਾਰੀ ਜਾਣਕਾਰੀ ਅਸੀਂ ਇੱਥੇ ਆਏ ਪਹੁੰਚੇ ਲੋਕਾਂ ਉਹਨਾਂ ਨਾਲ ਕਰਾਂਗੇ ਹਾਂਜੀ ਭਾਈ ਕੀ ਨਾਮ ਹੈ ਜੀ ਮੇਰਾ ਨਾਮ ਸੱਤਾ ਪਾਉ ਜੀ ਕਸਮ ਪੱਟੀਪਿੰਡ ਹੈ ਮੇਰਾ ਕਿਵੇਂ ਲੱਗਿਆ ਇੱਥੇ ਤੁਸੀਂ ਪਹੁੰਚੇ ਹੋ ਕਿੰਨਾ ਕੱਟ ਸੀ ਕਿਉਂ ਲੱਗਿਆ ਕਿ ਅਸੀਂ ਸਾਨੂੰ ਜਾਣਾ ਚਾਹੀਦਾ ਇਹ ਵੇਖੋ ਜੀ ਜਿਹੜਾ ਕਿਸਾਨੀ ਮੋਰਚਾ ਚੱਲਿਆ ਇਹਨੂੰ ਸ਼ੁਰੂ ਕੀਤਾ ਦੀਪ ਸਿੱਧੂ ਨੇ ਸਾਣ ਯੂਨੀਅਨ ਨੇ ਵੀ ਕੀਤਾ ਪਰ ਜਿਹੜਾ ਅਸੀਂ ਮੇਨ ਉਹਨੂੰ ਇਸ ਕਰਕੇ ਮੰਨਦੇ ਕਿ ਉਹਨੇ ਸ਼ੰਭੂ ਬਾਰਡਰ ਤੀਕੋ ਉਹਨੇ ਪਛਾਇਆ ਪਗਾ ਦਿੱਲੀ ਪਛਾਇਆ ਫਿਰ ਬਾਰਡਰ ਤੀਕੇ ਫੇਮਸ ਹੋਇਆ ਤੇ ਅਸੀਂ ਦੀਪ ਸੁੱਧੂ ਦੇ ਵਿਚਾਰਾਂ ਤੇ ਉਹਦੇ ਹਰ ਗੱਲ ਤੇ ਅਸੀਂ ਬੜੇ ਖੁਸ਼ ਆ ਅਸੀਂ ਦੀਪ ਸੁੱਧੂ ਦੀ ਰਿਹਾਈ ਭਾਲਦੇ ਆ ਵੀ ਉਹ ਜਲਦੀ ਵਾਪਸ ਆਵੇ ਤੇ ਫਿਰ ਮੋਰਚੇ ਨੂੰ ਸੰਭਾਲੇ ਮੋਰਚੇ ਨੂੰ ਸੰਭਾਲੇ ਇਹ ਮੋਰਚਾ ਲੱਗਿਆ ਦਿੱਲੀ ਵਿਖੇ ਮੋਰਚਾ ਲੱਗਿਆ ਅੱਜ ਇੱਥੇ ਇਕੱਠ ਕੀਤਾ ਗਿਆ ਕਿਵੇਂ ਲੱਗਦਾ ਹੈ ਕਿ ਜਿਹੜਾ ਮੋਰਚਾ ਇਹ ਜਿੱਤ ਪ੍ਰਾਪਤ ਕਰੇਗਾ ਦੇਖੋ ਜਿਵੇਂ ਪਹਿਲਾਂ ਫੂਲ ਦੇ ਵਿੱਚ ਮਹਰਾਜ ਵਿਖੇ ਰੈਲੀ ਹੋਈ ਸੀਗੀ ਉੱਥੇ ਬਹੁਤ ਹੀ ਵੱਡਾ ਨੌਜਵਾਨਾਂ ਦਾ ਇਕੱਠ ਹੋਇਆ ਸੀਗਾ ਜਿਹੜਾ ਨੌਜਵਾਨਾਂ ਦਾ ਇਕੱਠ ਹੋਇਆ ਜਾਂ ਅੱਜ ਮਸਤੋਣਾ ਸਾਹਿਬ ਵਿਖੇ ਹੋਇਆ ਦੇਖੋ ਇਹ ਚਾਹੁੰਦੇ ਆ ਕਿ ਜਿਹੜੇ ਵੀ ਸਾਡੇ ਆਗੂ ਆ ਜਾਂ ਅੱਜ ਆਪਣਾ ਦੀਪ ਸਿੱਧੂ ਜੀ ਨੇ ਬਹੁਤ ਵੱਡਾ ਸੰਘਰਸ਼ ਦੇ ਵਿੱਚ ਯੋਗਦਾਨ ਆ ਉਹ ਪੜੇ ਲਿਖੇ ਸੀ ਸਿਧਾਂਤਾਂ ਦੇ ਹਿਸਾਬ ਨਾਲ ਬੋਲਦੇ ਸੀਗੇ ਸੰਤਖਿਆਧਾਰ ਤੇ ਗੱਲ ਕਰਦੇ ਸੀਗੇ ਜਿਹੜੀ ਉਹਨਾਂ ਦੀ ਅ ਦਿੱਲੀ ਸਰਕਾਰ ਵੱਲੋਂ ਅਰੈਸਟ ਪਾਈ ਗਈ ਹੈ ਉਹਨਾਂ ਨੂੰ ਤਿਹੜ ਜੇਲ੍ਹ ਦੇ ਵਿੱਚ ਨਜ਼ਰਬੰਦ ਕੀਤਾ ਗਿਆ ਹੈ ਜਿਸ ਉਹਨਾਂ ਤੇ ਮੁਕਦਮਾ ਦਰਜ ਕੀਤਾ ਗਿਆ ਹੈ ਦੇਸ਼ ਆਵਦੇਸ਼ਾਂ ਦੇ ਵਿੱਚ ਵੀ ਆਪਣੇ ਝੰਡੇ ਨੂੰ ਮਾਨ ਸਤਕਾਰ ਮਿਲਦਾ ਹੈ ਕੋਈ ਉਹਨਾਂ ਨੇ ਜਿਹੜਾ ਉਹਨਾਂ ਦੇ ਉੱਤੇ ਪਰਚਾ ਪਾਇਆ ਗਿਆ ਉਹ ਕੋਈ ਬਾਲਾ ਵੱਡਾ ਮੁੱਦਾ ਨਹੀਂ ਸੀਗਾ ਜਿਹੜੇ ਆਪਣੇ ਦੇਸ਼ ਦਾ ਤਿਰੰਗਾ ਝੰਡਾ ਉਹ ਇੱਕ ਲੱਗ ਜਗਾ ਤੋਂ ਸਾਰਿਆਂ ਨੇ ਦੇਖਿਆ ਤੇ ਜਿਹੜੀ ਕੀ ਉਹਨਾਂ ਦੇ ਉੱਤੇ ਧਾਰਾ ਲਾਈ ਗਈ ਹੈ ਦੇਸ਼ ਧਰੋਹ ਦਾ ਉਹਦੇ ਤੇ ਝੂਠਾ ਜੋ ਕੇਂਦਰੀ ਸਰਕਾਰ ਨੇ ਪਰਚਾ ਪਾਇਆ ਸੀ ਉਹਦੀ ਨਕੀਦੀ ਕਰਦੇ ਆ ਤੇ ਜਿਹੜੇ ਨੌਜਵਾਨ ਇੰਨੇ ਉਤਸ਼ਾਹ ਨਾਲ ਆ ਰਹੇ ਆ ਉਹ ਦੀਪ ਸੁੱਧੂ ਨੂੰ ਤੇ ਲੱਖੇ ਸਧਾਣੇ ਨੂੰ ਆਪਦੇ ਯੂਥ ਦੇ ਲੀਡਰ ਮੰਨਦੇ ਹਨ ਤੇ ਜਿਹੜੀਆਂ ਜੱਥੇਬੰਦੀਆਂ ਨੇ ਦਿਲੋਂ ਪਿਆਰ ਕਰਦੇ ਹਨ ਤੋਂ ਦੀਪ ਪਾਈ ਦੀ ਰਿਹਾਈ ਲਈ ਤੇ ਰੱਖੇ ਤੇ ਜਿਹੜਾ ਪਰਚਾ ਹੋਇਆ ਉਹਨੂੰ ਰੱਦ ਕਰਾਉਣ ਲਈ ਆ ਰਹੇ ਆ ਅਸੀਂ ਵੀ ਜਾਫਰੀਦਕੋਟ ਜ਼ਿਲ੍ਹੇ ਨੂੰ ਜੈਤੋ ਕਸਬੇ ਨਾਲ ਸਾਡਾ ਪਿੰਡ ਆ ਉੱਥੋਂ ਬਿਲੋਂਗ ਕਰਦੇ ਆ ਅਸੀਂ ਅੱਜ 200 ਕਿਲੋਮੀਟਰ ਐਸੇ ਕਰਕੇ ਆਏ ਆ ਕਿ ਬਾਈ ਦੀਪਜੀਤ ਦੀ ਜਲਦੀ ਤੋਂ ਜਲਦੀ ਰਿਹਾਈ ਹੋਵੇ ਤੇ ਜਿਹੜਾ ਉਹਨਾਂ ਦਾ ਕੈਰੀਅਰ ਵੀ ਬਰਬਾਦ ਹੋਇਆ ਗਿਆ ਉਹਨੂੰ ਵੀ ਪਹੁੰਚਾਇਆ ਜਾ ਸਕੇ ਤੇ ਜਿਹੜੇ ਹੋਰ ਕਿਸਾਨ ਜਥੇਬੰਦੀਆਂ ਨੌਜਵਾਨ ਅੰਦਰ ਉਹਨਾਂ ਦੀ ਰਿਹਾਈ ਕੀਤੀ ਜਾਵੇ ਅੱਛਾ ਮੋਰਚਾ ਤੁਸੀਂ ਮੋਰਚੇ ਦੇ ਵਿੱਚ ਜਿਹੜਾ ਦਿੱਲੀ ਵਿਖੇ ਲੱਗਿਆ ਉੱਥੇ ਤੁਸੀਂ ਦੇਖਿਆ ਅੱਜ ਇੱਥੇ ਕੱਠ ਦੇਖਿਆ ਕੀ ਅੰਤਰ ਲੱਗਦਾ ਕੀ ਲੱਗਦਾ ਨਹੀਂ ਕਿ ਜਿਹੜਾ ਅਲੱਗ-ਅਲੱਗ ਜਿਹੜੀਆਂ ਰੈਲੀਆਂ ਕਰਨੀਆਂ ਸਹੀ ਨਹੀਂ 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 ਸਹੀ ਯਾਰ ਐਲੀਆਂ ਕਰਨੀਆਂ ਵੀ ਪਰ ਜਿਹੜਾ ਹੁਣ ਪੰਜਾਬ ਚੋ ਯੂਥ ਆ ਉਹਨੂੰ ਇੱਥੇ ਹੀ ਪਤਾ ਲੱਗੂਗਾ ਵੀ ਜਿਹੜੇ ਆਪਣੇ ਨੌਜਵਾਨ ਫੜੇ ਹੋਏ ਆ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਇਥੋਂ ਵੱਤ ਵਾ ਦਿੱਲੀ ਪਹੁੰਚਣ ਤਾਂ ਕਿ ਇਹ ਜਲਦੀ ਤੋਂ ਜਲਦੀ ਰਿਹਾਅ ਹੋ ਸਕੇ ਹਾਂਜੀ ਤੁਸੀਂ ਦਿੱਲੀ ਮੋਰਚੇ ਦੇ ਵਿੱਚ ਗਏ ਹੋ ਉੱਥੇ ਲਗਾਇਆ ਕੋਈ ਸਮਾਂ ਹਾਂਜੀ ਦਿੱਲੀ ਮੋਰਚੇ ਚ ਮੈਂ ਘਟੋ ਘਟ ਵੀ 20 ਦਿਨ ਲਾ ਕੇ ਆਇਆ 10 ਦਿਨ 13 ਦਿਨ 10 ਦਿਨ 13 ਦਿਨ ਲਾ ਕੇ ਆਇਆ ਉੱਥੇ ਬਹੁਤ ਵਧੀਆ ਪਰ ਕਿਸਾਨ ਜਿਹੜੇ ਬਜ਼ੁਰਗ ਆ ਸਾਡੇ ਉੱਥੇ ਬੈਠੇ ਉਹ ਆਂਦੇ ਆ ਵੀ ਚਾਹੇ ਤਾਂ ਜਿੱਤ ਕੇ ਜਾਵਾਂਗੇ ਤੇ ਨਹੀਂ ਸਾਡੀਆਂ ਇਥੋਂ ਲਾਸ਼ਾਂ ਜਾਣੇ ਅੱਛਾ ਨੌਜਵਾਨ ਤੁਸੀਂ ਨੌਜਵਾਨ ਹੋ ਦੀਪ ਸਿੱਧੂ ਤੇ ਜਿਹੜਾ ਲੱਖਾ ਸਦਾਨਾ ਉਹਦੇ ਵਿੱਚ ਕਹਿੰਦਾ ਕੋਈ ਵੱਡੀ ਗਿਣਤੀ ਵਿੱਚ ਉਹਨਾਂ ਦਾ ਨੌਜਵਾਨ ਹੈ ਕਿਸਾਨ ਜੱਥੇਬੰਦੀਆਂ ਜਿਹੜੀਆਂ ਉਹਨਾਂ ਤੇ ਜਿਹੜੀ ਉਹਨਾਂ ਦੀ ਅਗਵਾਈ ਹੈ ਉਹਨੂੰ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਅਸੀਂ ਵੇਖਦੇ ਆ ਸਹੀ ਆ ਪਰ ਜੋ ਆ ਇਕੱਠਾ ਨਾ ਜੋ ਫੈਸਲੇ ਲੈਂਦੇ ਆ ਵੀ 40 ਬੰਦੇ ਅੱਡ ਕਰਕੇ ਇਹ ਜੋ ਇਕੱਠ ਕਰ ਦਿਖਾ ਰਹੇ ਆ ਵੀ ਅਸੀਂ ਉਹ ਐ ਦਿਖਾ ਰਹੇ ਆ ਵੀ ਤੂੰ ਕੋਈ ਫੈਸਲਾ ਲੈਣਾ ਨਾ ਵਿੱਚ ਜੂਥ ਪਾਵਰ ਚਾਹੀਦੀ ਜੂਥ ਐਡਿੰਗ ਨਾ ਤੁਰਿਆ ਤੁਹਾਡੇ ਨਾਲ ਜੋਥ ਨੂੰ ਵਿੱਚ ਵਾ ਵੀ ਉਹਦੇ ਵੀ ਇੱਕ ਸੁਨਿਆ ਰੱਖੋ ਵਿੱਚ ਵੀ ਗਲਤ ਹੈ ਜਾਂ ਸਹੀ ਆ ਉਹ ਵਿੱਚ ਚਾਹੀਦਾ ਜ਼ਰੂਰੀ ਚਾਹੀਦਾ ਅ ਅਸੀਂ ਗੱਲਬਾਤ ਕੀਤੀ ਲੋਕ ਜਿਹੜੇ ਆਏ ਸੀ ਇੱਥੇ ਉਹਨਾਂ ਨਾਲ ਉਸ ਤੋਂ ਤੁਸੀਂ ਜਾਣਿਆ ਉਹਨਾਂ ਦਾ ਕਹਿਣਾ ਹੈ ਕਿ ਹਰ ਇੱਕ ਫੈਸਲਾ ਜਿਹੜਾ ਉਹ ਯੂਥ ਨੂੰ ਨਾਲ ਰੱਖ ਕੇ ਕਰਨਾ ਚਾਹੀਦਾ ਉਹ ਕਿਸਾਨ ਜਥੇਬੰਦੀਆਂ ਦੇ ਨਾਲ ਹੈ ਪਰ ਕਿਸਾਨ ਜਥੇਬੰਦੀਆਂ ਨੂੰ ਵੀ ਨੌਜਵਾਨਾਂ ਨੂੰ ਵਿੱਚ ਲੈ ਕੇ ਫੈਸਲੇ ਲੈਣੇ ਚਾਹੀਦੇ ਆ ਤਾਂ ਜਿਹੜਾ ਮਹਰਾ ਮਸਤੂਆਣਾ ਸਾਹਿਬ ਵੀ ਇਕੱਠ ਹੋਇਆ ਉਹ ਤੋਂ ਪਹਿਲਾਂ ਮਹਾਰਾਜ ਵੀ ਇਕੱਠ ਹੋਇਆ ਤੇ ਇਕੱਠ ਵੱਡੀ ਗਿਣਤੀ ਵਿੱਚ ਸੀ